ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ, ਤੁਹਾਡਾ ਸਫਲ ਕਿਸਾਨ ਚੈਨਲ 'ਤੇ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜਾਣਦੇ ਹਾਂ ਤਰ੍ਹਾਂ ਤਰ੍ਹਾਂ ਦੀਆਂ ਝੋਨੇ ਦੀਆਂ ਕਿਸਮਾਂ, ਉਹਨਾਂ ਦਾ ਝਾੜ ਅਤੇ ਉਹਨਾਂ ਦਾ ਪੱਕਣ ਲਈ ਸਮਾਂ ਵੀ ਕਿੰਨਾ ਸਮਾਂ ਲੈਂਦੀਆਂ ਨੇ ਵੱਖ ਵੱਖ ਵਰਾਇਟੀਆਂ, ਅਤੇ ਜਾਣਦੇ ਹਾਂ ਪਨੀਰੀ ਬੀਜਣ ਦਾ ਸਮਾਂ ਕਿ ਵੱਖ ਵੱਖ ਵਰਾਇਟੀਆਂ ਲਈ ਕਿਹੜਾ ਸਮਾਂ ਪਨੀਰੀ ਬੀਜਣ ਲਈ ਸਹੀ ਹੈ। ਝੋਨੇ ਦੀਆਂ ਬਾਸਮਤੀ ਕਿਸਮਾਂ ਬਾਰੇ ਆਪਾਂ ਦੂਜੀ ਵੀਡੀਓ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ। ਸਭ ਤੋਂ ਪਹਿਲਾਂ ਜਿਹੜੇ ਕਿਸਾਨ ਵੀਰ ਪਹਿਲੀ ਵਾਰ ਚੈਨਲ 'ਤੇ ਆਏ ਹਨ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਬੈਲ 'ਤੇ ਕਲਿੱਕ ਕਰਕੇ ਆਲ 'ਤੇ ਕਲਿੱਕ ਕਰ ਦੇਣ, ਤਾਂ ਜੋ ਕੋਈ ਵੀ ਨਵੀਂ ਜਾਣਕਾਰੀ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਆਪਣੇ ਆਪ ਪਹੁੰਚ ਸਕੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੂਸਾ 44 ਦੀ। ਇਹ ਵਰਾਇਟੀ ਜੀਰੀ ਦੀ ਟਰਾਂਸਪਲਾਂਟਿੰਗ ਤੋਂ ਬਾਅਦ 125 ਤੋਂ ਲੈ ਕੇ 130 ਦਿਨ ਲੈਂਦੀ ਹੈ ਪੱਕਣ ਲਈ, ਅਤੇ 30 ਦਿਨਾਂ ਤੋਂ ਘੱਟ ਦਿਨ ਦੀ ਪਨੀਰੀ ਤੁਸੀਂ ਖੇਤ ਵਿੱਚ ਨਹੀਂ ਲਾਉਣੀ। ਇਸ ਵਰਾਇਟੀ ਦੀ ਪਨੀਰੀ ਬੀਜਣ ਦਾ ਸਮਾਂ ਹੁਣ ਲੰਘ ਗਿਆ ਹੈ। ਹੁਣ ਜੇ ਗੱਲ ਕਰੀਏ 10 ਤੋਂ ਲੈ ਕੇ 15 ਮਈ ਤੱਕ ਇਸ ਵਰਾਇਟੀ ਦੀ ਪਨੀਰੀ ਲਾਉਣ ਦਾ ਸਮਾਂ ਸਹੀ ਹੈ। ਇਸ ਵਰਾਇਟੀ ਨੂੰ ਯੂਨੀਵਰਸਿਟੀ ਕਦੇ ਵੀ ਰਿਕਮੈਂਡ ਨਹੀਂ ਕਰੇਗੀ, ਕਿਉਂਕਿ ਇਹ ਪੱਕਣ ਲਈ ਬਹੁਤ ਸਮਾਂ ਲੈਂਦੀ ਹੈ, ਜਿਸ ਕਰਕੇ ਪਾਣੀ ਦੀ ਖਪਤ ਬਹੁਤ ਹੁੰਦੀ ਹੈ ਅਤੇ ਪਾਣੀ ਦਾ ਲੈਵਲ ਹਰੇਕ ਸਾਲ ਨੀਚੇ ਜਾ ਰਿਹਾ ਹੈ। ਪਰ ਇਸ ਵਰਾਇਟੀ ਦਾ ਝਾੜ 34-35 ਕੁਇੰਟਲ ਦਾ ਤਾਂ ਆਮ ਹੀ ਦੇਖਣ ਨੂੰ ਮਿਲਦਾ ਹੈ। ਇਹੀ ਇੱਕ ਕਾਰਨ ਹੈ ਕਿ ਬਹੁਤ ਜ਼ਿਆਦਾ ਲੋਕ ਪੂਸਾ 44 ਲਾਉਂਦੇ ਹਨ। ਪਰ ਇਹ ਵਰਾਇਟੀ ਹਰੇਕ ਏਰੀਆ ਵਿੱਚ ਕਾਮਯਾਬ ਨਹੀਂ ਹੁੰਦੀ। ਇਹ ਵਰਾਇਟੀ ਵੀ ਬਹੁਤ ਪੁਰਾਣੀ ਹੋ ਚੁੱਕੀ ਹੈ ਅਤੇ ਇਸ ਕਰਕੇ ਇਸ ਵਿੱਚ ਝੁਲਸ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਨਹੀਂ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ PR 114 ਦੀ। ਇਹ ਵਰਾਇਟੀ ਟਰਾਂਸਪਲਾਂਟਿੰਗ ਤੋਂ ਬਾਅਦ 115 ਦਿਨ ਲੈਂਦੀ ਹੈ ਅਤੇ ਇਸ ਦਾ ਝਾੜ ਯੂਨੀਵਰਸਿਟੀ ਵੱਲੋਂ 27.5 ਕੁਇੰਟਲ ਪ੍ਰਤੀ ਏਕੜ ਦੱਸਿਆ ਗਿਆ ਹੈ। ਆਮ ਤੌਰ 'ਤੇ 31-32 ਕੁਇੰਟਲ ਤੱਕ ਲੋਕਾਂ ਨੇ ਇਸ ਦਾ ਝਾੜ ਲਿਆ ਹੈ। ਇਸ ਦੀ ਜੋ ਪਨੀਰੀ ਬੀਜਣ ਦਾ ਸਮਾਂ ਹੈ ਉਹ ਹੈ 20 ਤੋਂ 25 ਮਈ ਤੱਕ। ਪੁਰਾਣੀ ਵਰਾਇਟੀ ਹੋਣ ਕਰਕੇ ਇਸ ਵਿੱਚ ਝੁਲਸ ਰੋਗ ਦੇ 10 ਜੀਵਾਣੂਆਂ ਵਿੱਚੋਂ 5 ਜੀਵਾਣੂਆਂ ਟਾਕਰਾ ਕਰਨ ਦੀ ਸਮਰੱਥਾ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ PR 121 ਦੀ। ਇਹ ਵਰਾਇਟੀ ਟਰਾਂਸਪਲਾਂਟਿੰਗ ਤੋਂ ਬਾਅਦ 110 ਦਿਨ ਲੈਂਦੀ ਹੈ ਪੱਕਣ ਲਈ ਅਤੇ ਇਸਦਾ ਔਸਤਨ ਝਾੜ ਯੂਨੀਵਰਸਿਟੀ ਵੱਲੋਂ 30.5 ਕੁਇੰਟਲ ਪ੍ਰਤੀ ਏਕੜ ਦੱਸਿਆ ਗਿਆ ਹੈ। ਪਰ ਆਮ ਤੌਰ 'ਤੇ 33-34 ਕੁਇੰਟਲ ਤੱਕ ਵੀ ਇਸਦਾ ਝਾੜ ਲਿਆ ਗਿਆ ਹੈ। ਇਸ ਵਰਾਇਟੀ ਦੀ ਪਨੀਰੀ ਬੀਜਣ ਦਾ ਸਮਾਂ ਵੀ 20 ਤੋਂ ਲੈ ਕੇ 25 ਮਈ ਤੱਕ ਹੈ ਅਤੇ ਇਹ ਵਰਾਇਟੀ ਝੁਲਸ ਰੋਗ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਇੱਕ ਬਹੁਤ ਹੀ ਵਧੀਆ ਵਰਾਇਟੀ ਕਹੀ ਜਾ ਸਕਦੀ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ PR 126 ਦੀ। ਇਹ ਵਰਾਇਟੀ ਟਰਾਂਸਪਲਾਂਟਿੰਗ ਤੋਂ ਬਾਅਦ 93 ਦਿਨ ਲੈਂਦੀ ਹੈ ਅਤੇ ਇਸਦਾ ਔਸਤਨ ਝਾੜ ਯੂਨੀਵਰਸਿਟੀ ਵੱਲੋਂ 30 ਕੁਇੰਟਲ ਪ੍ਰਤੀ ਏਕੜ ਦੱਸਿਆ ਗਿਆ ਹੈ। ਪਰ ਆਮ ਤੌਰ 'ਤੇ ਇਹ ਵਰਾਇਟੀ ਵੀ 31-32 ਕੁਇੰਟਲ ਪ੍ਰਤੀ ਏਕੜ ਝਾੜ ਦੇ ਜਾਂਦੀ ਹੈ। ਇਸ ਦੀ ਜੋ ਪਨੀਰੀ ਬੀਜਣ ਦਾ ਸਮਾਂ ਹੈ ਉਹ ਹੈ 25 ਮਈ ਤੋਂ ਲੈ ਕੇ 5 ਜੂਨ। ਇਹ ਵਰਾਇਟੀ ਝੁਲਸ ਰੋਗ ਦੇ 10 ਵਿੱਚੋਂ 7 ਜੀਵਾਣੂਆਂ ਦਾ ਟਾਕਰਾ ਕਰਨ ਦੀ ਸਮਰੱਥ ਹੈ ਅਤੇ ਇਸ ਵਰਾਇਟੀ ਦੀ ਪਨੀਰੀ 25-30 ਦਿਨਾਂ ਦੀ ਹੀ ਲਗਾਓ ਅਤੇ 30 ਦਿਨਾਂ ਤੋਂ ਵੱਡੀ ਪਨੀਰੀ ਇਸ ਵਰਾਇਟੀ ਦੀ ਨਹੀਂ ਹੋਣੀ ਚਾਹੀਦੀ। ਇਸ ਤੋਂ ਬਾਅਦ ਗੱਲ ਕਰਦੇ ਹਾਂ PR 128 ਦੀ। ਇਹ ਵਰਾਇਟੀ ਟਰਾਂਸਪਲਾਂਟਿੰਗ ਤੋਂ ਬਾਅਦ 111 ਦਿਨ ਲੈਂਦੀ ਹੈ ਪੱਕਣ ਲਈ ਅਤੇ ਇਹ ਵਰਾਇਟੀ ਝੁਲਸ ਰੋਗ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ। ਇਸ ਦਾ ਜੋ ਔਸਤਨ ਝਾੜ ਹੈ ਉਹ ਹੈ 30.5 ਕੁਇੰਟਲ ਪ੍ਰਤੀ ਏਕੜ, ਜੋ ਯੂਨੀਵਰਸਿਟੀ ਵੱਲੋਂ ਦੱਸਿਆ ਗਿਆ ਹੈ, ਅਤੇ 32-33 ਕੁਇੰਟਲ ਕਿਸਾਨਾਂ ਵੱਲੋਂ ਪਿਛਲੇ ਸਾਲ ਇਸਦਾ ਝਾੜ ਲਿਆ ਗਿਆ ਹੈ। ਇਸ ਦਾ ਜੋ ਪਨੀਰੀ ਬੀਜਣ ਦਾ ਸਮਾਂ ਹੈ ਉਹ ਹੈ 20 ਤੋਂ 25 ਮਈ। ਇਸ ਤੋਂ ਬਾਅਦ ਗੱਲ ਕਰਦੇ ਹਾਂ PR 129 ਦੀ। ਇਹ ਵਰਾਇਟੀ ਟਰਾਂਸਪਲਾਂਟਿੰਗ ਤੋਂ ਬਾਅਦ 108 ਦਿਨ ਲੈਂਦੀ ਹੈ ਪੱਕਣ ਲਈ ਅਤੇ ਜੋ ਇਸਦਾ ਔਸਤਨ ਝਾੜ ਯੂਨੀਵਰਸਿਟੀ ਵੱਲੋਂ ਦੱਸਿਆ ਗਿਆ ਹੈ ਉਹ ਹੈ 30 ਕੁਇੰਟਲ ਪ੍ਰਤੀ ਏਕੜ, ਅਤੇ ਵੀ 32-33 ਕੁਇੰਟਲ ਤੱਕ ਪਿਛਲੇ ਸਾਲ ਕਿਸਾਨਾਂ ਵੱਲੋਂ ਝਾੜ ਲਿਆ ਗਿਆ ਹੈ। ਇਹ ਵਰਾਇਟੀ ਵੀ ਝੁਲਸ ਰੋਗ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ। ਇਸ ਵਰਾਇਟੀ ਦਾ ਜੋ
ਪਨੀਰੀ ਵੇਚਣ ਦਾ ਸਮਾਂ ਹੈ ਉਹ ਹੈ 20 ਤੋਂ 25 ਮਈ। ਕਿਸਾਨ ਵੀਰਾਂ ਨੂੰ ਦੱਸ ਦਈਏ ਕਿ ਜਿਹੜੀ ਪਨੀਰੀ ਵੇਚਣੀ ਹੈ ਉਹ ਛੋਟੀ ਜਾਂ ਫਿਰ ਜ਼ਿਆਦਾ ਵੱਡੀ ਨਹੀਂ ਕਰਨੀ, ਨਹੀਂ ਤਾਂ ਤੁਹਾਡਾ ਝਾੜ 'ਤੇ ਬਹੁਤ ਅਸਰ ਪਵੇਗਾ। ਠੀਕ ਹੈ ਕਿਸਾਨ ਵੀਰੋ, ਅਗਰ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ।